ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਆਪਣਾ ਪ੍ਰਭਜੀਤ ਸਿੰਘ। ਸੋ ਪਿਛਲੇ ਦਿਨੀ ਜੋ ਜਗਿਆਲਾ ਮੰਚਕੀ ਦੇ ਵਿੱਚ ਮੰਦਭਾਗੀ ਘਟਨਾ ਵਾਪਰੀ ਆ ਬੇਅਦਬੀ ਦੀ, ਸੋ ਉਸ ਤੋਂ ਬਾਅਦ ਅੱਜ 16 ਤਰੀਕ ਦਾ ਇੱਕ ਇਕੱਠ ਰੱਖਿਆ ਗਿਆ ਸੀਗਾ ਸਤਿਕਾਰ ਕਮੇਟੀ ਜਲੰਧਰ ਦੀਆਂ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਵੱਲੋਂ ਗੁਰੂ ਨਾਨਕ ਦੇਵ ਚੌਂਕ ਗੁਰਦੁਆਰਾ ਸਾਹਿਬ ਵਿਖੇ। ਸੋ ਬਹੁਤ ਸਾਰੇ ਇੱਥੇ ਸਿੰਘ ਪਹੁੰਚ ਚੁੱਕੇ ਆ, ਪੁਲਿਸ ਪ੍ਰਸ਼ਾਸਨ ਵੀ ਪਹੁੰਚ ਚੁੱਕਾ ਆ, ਅਤੇ ਜਲੰਧਰ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਇੱਥੇ ਆਈਆਂ ਹੋਈਆਂ ਆ, ਅਤੇ ਭਾਈ ਸੁਰਜੀਤ ਸਿੰਘ ਜੀ ਕੋਸੇ ਪਹੁੰਚੇ ਹੋਏ ਆ ਸਤਿਕਾਰ ਕਮੇਟੀ ਤੋਂ, ਉਹਨਾਂ ਦੇ ਨਾਲ ਨਾਲ ਭਾਈ ਅਮਰੀਕ ਸਿੰਘ ਜੀ ਨਾਲਾ ਪਹੁੰਚੇ ਹੋਏ ਆ। ਜਲੰਧਰ ਸ਼ਹਿਰ ਦੀਆਂ ਸਮੂਹ ਜਥੇਬੰਦੀਆਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ, ਭਾਈ ਅਮਰੀਕ ਸਿੰਘ ਜੀ ਅਜਨਾਲਾ, ਸਾਰੇ ਸਿੰਘ ਇਕੱਤਰਿਤ ਹੋਏ ਸੀਗੇ। ਹੁਣ ਜਾ ਰਹੇ ਆ ਜੀ ਇਹ ਕਮਿਸ਼ਨਰ ਸਾਹਿਬ ਕੋਲ, ਸੀ ਪੀ ਸਾਹਿਬ ਕੋਲ ਜਾ ਰਹੇ ਆ। ਫੋਨ ਆਇਆ ਸੀ ਪੀ ਸਾਹਿਬ ਦਾ, ਉੱਥੇ ਬਹਿ ਕੇ ਜਿਹੜੀ ਵੀ ਗੱਲਬਾਤ ਅਗਲੀ ਕੀ ਅੱਜ ਤੱਕ ਹੋਇਆ ਅਤੇ ਕੀ ਅੱਗੇ ਕਰ ਰਹੇ ਆ ਉਹਦੀ ਜਾਣਕਾਰੀ ਸਾਰੀ। ਅਤੇ ਭਾਈ ਸ੍ਰੀ ਸਿੰਘ ਉਸ ਜਾ ਰਹੇ ਆ ਅਤੇ ਉੱਥੇ ਜਾ ਕੇ ਦੇਖਦੇ ਆ ਕਿਹਦੀ ਗੱਲਬਾਤ ਹੁੰਦੀ ਆ। ਨਹੀਂ, ਮੌਜੂਦਾ ਸਰਕਾਰ ਦੇ ਸਮੇਂ ਵੀ ਗੋਂਗਲਵਾਂ ਤੋਂ ਮਿੱਟੀ ਝਾੜੀ ਜਾਂਦੀ ਆ, ਬੇਅਦਬੀਆਂ ਰੁਕੀਆਂ ਨਹੀਂ ਹੈ। ਜੇ ਕਾਨੂੰਨ ਸਖਤ ਹੁੰਦਾ ਤਾਂ ਸ਼ਾਇਦ ਅੱਜ ਸਾਨੂੰ ਇਕੱਠੇ ਨਾ ਹੋਣਾ ਪੈਂਦਾ। ਸਾਡੇ ਮਤਲਬ ਇਹ ਜਿਹੜੀ ਅੱਜ ਸਾਡਾ ਇੱਕੋ ਹੀ ਇੱਕ ਮਕਸਦ ਹੈਗਾ ਕਿ ਅਸੀਂ ਜਿਹੜਾ ਇਹਨਾਂ ਕੋਲ ਆਪਣੀ ਗੱਲ ਰੱਖਾਂਗੇ। ਜੇ ਇਹ ਨਹੀਂ ਕਰਨਗੇ ਸਾਡੀਆਂ ਮੰਗਾਂ, ਸਾਡੀਆਂ ਮੰਗਾਂ ਕੀ ਆ, ਜਿੰਨੇ ਦੋਸ਼ੀ ਨੂੰ ਬਚਾਉਣ ਵਾਲੇ ਲੋਕ, ਚਾਹੇ ਸਰਪੰਚ ਹੋਵੇ, ਚਾਹੇ ਨੰਬੜਦਾਰ ਹੋਣ, ਚਾਹੇ ਪਿੰਡ ਦੀ ਪ੍ਰਬੰਧਕ ਕਮੇਟੀ ਹੋਵੇ, ਈਵਨ ਕਿ ਭਾਵੇਂ ਪੰਚਾਇਤ ਕਿਉਂ ਨਾ ਹੋਵੇ, ਜਿੰਨਿਆਂ ਨੇ ਦੋਸ਼ੀ ਨੂੰ ਬਚਾਇਆ ਉਹਦੀ ਪੁਸ਼ਤਪਨਾਈ ਕੀਤੀ, ਸਾਰਿਆਂ ਨੂੰ IPC ਦੀਆਂ ਧਾਰਾਂ ਦੇ ਤਹਿਤ ਉਹਨਾਂ 'ਤੇ ਪਰਚਾ ਦਰਜ, ਅਤੇ ਦੂਜੀ ਗੱਲ ਜਿਹੜਾ ਦੋਸ਼ੀ ਭੱਜ ਗਿਆ ਜਿਹਨੇ ਉਹਨੂੰ ਭਜਾਇਆ ਉਹਨਾਂ 'ਤੇ ਵੀ ਕਾਨੂੰਨੀ ਕਾਰਵਾਈ। ਜੇ ਨਾ ਕਰਨਗੇ ਤਾਂ ਆ ਸਾਰੀਆਂ ਸਿੱਖ ਸੰਗਤਾਂ, ਸਿੱਖ ਤਾਲਮੇਟੀ, ਦਮਦਮੀ ਟਕਸਾਲ, ਹੋਰ ਜਥੇਬੰਦੀਆਂ, ਸਿੰਘ ਸਭਾਵਾਂ ਸਾਰੀਆਂ ਇਕੱਠੀਆਂ ਨੇ, ਫਿਰ ਇਹਦਾ ਜਿਹੜਾ ਰੋਹ ਅਤੇ ਰੋਸ ਆ ਉਹਦਾ ਸਾਹਮਣਾ ਪ੍ਰਸ਼ਾਸਨ ਨੂੰ ਅਤੇ ਮੌਜੂਦਾ ਸਰਕਾਰ ਨੂੰ ਕਰਨਾ ਪਊਗਾ। 28 ਤਰੀਕ ਦੀ ਘਟਨਾ ਜਿਹੜੇ ਅੱਜ ਇੰਨੇ ਸਮੇਂ ਦੇ ਵਿੱਚ ਬਾਅਦ, ਜਦੋਂ ਤੁਹਾਨੂੰ ਪਤਾ ਲੱਗਦਾ ਤੁਸੀਂ ਅਫਸਰਾਂ ਨੂੰ ਮਿਲਦੇ ਹੋ, ਅਫਸਰਾਂ ਨਾਲ ਗੱਲਬਾਤ ਕੀਤੀ ਜਾਂਦੀ, ਅਫਸਰ ਕਹਿੰਦੇ ਨੇ ਅਸੀਂ ਮਾਮਲਾ ਦਰਜ ਕਰ ਦਿੱਤਾ ਗਿਆ, ਪਰਚਾ ਦਰਜ ਹੋਇਆ। ਮੇਨ ਮੰਗ ਕੀ ਹੈ ਕਿ ਪ੍ਰਸ਼ਾਸਨ ਜੋ ਕਿਹਨਾਂ ਨੇ ਬੇਅਦਬੀ ਕੀਤੀ ਉੱਤੇ ਤਾਂ ਮਾਮਲਾ ਦਰਜ ਹੋ ਗਿਆ, ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਹੜੇ ਨਾਂ ਵੱਲੋਂ? ਦੇਖੋ ਜੀ, ਮੇਨ ਮੰਗ ਹੈਗੀ ਆ ਕਿ ਜਿਹੜਾ ਬੱਚਾ ਆ 14-15 ਸਾਲ ਦਾ ਬੱਚਾ ਨਜ਼ਰ ਆਉਂਦਾ ਆ, ਕਹਿਣ ਦੱਸਣ ਮੁਤਾਬਕ ਵੀ ਜਿਹੜੇ ਉੱਥੇ ਦੇ ਵਾਸੀ ਹੈਗੇ ਨਗਰ ਨਿਵਾਸੀ, ਕਿ ਇੰਨੀ ਉਮਰ ਦਾ ਬੱਚਾ ਕ੍ਰਾਈਮ ਨੂੰ ਅੰਜਾਮ ਨਹੀਂ ਦੇ ਸਕਦਾ ਜੀ, ਆਪ ਖੁਦ ਉਹਦੇ ਪਿੱਛੇ ਕੌਣ ਆ? ਇਹ ਗੱਲ ਅਸੀਂ 2015 ਤੋਂ ਕਰਦੇ ਆ ਰਹੇ ਹਾਂ ਕਿ ਬੇਅਦਬੀਆਂ ਦਾ ਮਾਸਟਰ ਮਾਇੰਡ ਕੌਣ ਆ, ਇਹ ਹਜੇ ਤੱਕ ਸਾਨੂੰ ਲੱਭਾ ਨਹੀਂ। ਅੱਜ ਸਾਡੀ ਸਾਰਿਆਂ ਦੀ ਇਹ ਮੰਗ ਆ ਕਿ ਇਹਦੇ ਪਿਛਲੇ ਬੰਨੇ ਕੌਣ ਆ ਕਰਨ ਦੇ ਲਈ। ਅੱਜ ਅਸੀਂ ਇਸ ਆਪਣਾ ਜਲੰਧਰ ਕਮਿਸ਼ਨਰ ਦੇ ਸੀ ਪੀ ਸਾਹਿਬ ਨੂੰ ਇਹ ਗੱਲ ਕਹਿਣੀ ਹੈ ਕਿ ਉਹ ਬੱਚਾ ਉਹਨੇ ਕੋਲੋਂ ਕਰਵਾਇਆ ਕਿੰਨੇ, ਉਸ ਬੱਚੇ ਨੂੰ ਥਾਣੇ ਫੜਾਉਣ ਤੋਂ ਬਾਅਦ ਛੁਡਾਇਆ ਕਿੰਨੇ, ਜਾਂ ਉਸ ਬੱਚੇ ਦੀ ਗੱਲ ਨੂੰ ਜਾਂ ਉਸ ਬੇਅਦਬੀ ਦੀ ਗੱਲ ਨੂੰ ਉਹ ਰਸੋਈ ਦੀ ਚੋਰੀ ਨੂੰ ਬਣਾਉਣ ਦੇ ਵਿੱਚ ਕਿਹੜੇ ਕਿਹੜੇ ਬੰਦਿਆਂ ਨੇ, ਕਿਹੜੀ ਕਿਹੜੀ ਪ੍ਰਬੰਧਕ ਕਮੇਟੀ ਨੇ, ਕਿਹੜੇ ਕਿਹੜੇ ਸਰਪੰਚ ਨੇ, ਜਾਂ ਕਿੰਨੇ ਕਿੰਨੇ ਵੀ ਜਿਹਨੇ ਜਿਹਨੇ ਰੋਲ ਅਦਾ ਕੀਤਾ, ਉਹਨਾਂ ਉੱਤੇ ਬਕਾਇਦਾ ਜਿਹੜੀ ਉਹ ਕਾਨੂੰਨੀ ਕਾਰਵਾਈ ਕੀਤੀ ਜਾਏ। ਜੇ ਕਾਨੂੰਨੀ ਕਾਰਵਾਈ ਨਹੀਂ ਹੁੰਦੀ, ਇਸ ਗੱਲਾਂ ਉੱਤੇ ਨਹੀਂ ਠੱਲ ਪਾਈ ਜਾਂਦੀ, ਤਾਂ ਇਹ ਅੱਗੋਂ ਇੱਦਾਂ ਹੀ ਦਰਬਸਤੂਰ ਫਿਰ ਕੋਈ ਨਾ ਕੋਈ ਉੱਠੇਗਾ, ਉਹ ਫਿਰ ਇਹਨੂੰ ਕੋਈ ਨਾ ਕੋਈ ਪੁੱਠੀ ਸਿੱਧੀ ਸ਼ੈਲਟਰ ਕਰ ਦੇਗਾ, ਤਾਂ ਇਹ ਬੇਦਮੀਆਂ ਦਾ ਫਿਰ ਸਿਲਸਿਲਾ ਇੱਦਾਂ ਹੀ ਜਾਰੀ ਰਹੇਗਾ। ਅਸੀਂ ਇੱਥੇ ਰੋਕ ਲਾਉਣੀ ਹੈ। ਹੁਣ ਅਸੀਂ CP ਸਾਹਿਬ ਕੋਲ ਚੱਲੇ ਹਾਂ, ਦੇਖਦੇ ਹਾਂ ਉਹ ਸਾਨੂੰ ਕੀ ਕਹਿੰਦੇ ਨੇ, ਜਾਂ ਉਹ ਇਸ ਗੱਲ 'ਤੇ ਖਰੇ ਉਤਰਦੇ ਆ ਕਿ ਨਹੀਂ ਉਤਰਦੇ। ਉਸ ਤੋਂ ਬਾਅਦ ਜਿਹੜਾ ਅਗਲਾ ਪ੍ਰੋਗਰਾਮ
ਉਹ ਸਾਰੀਆਂ ਜਿੰਨੀਆਂ ਵੀ ਸੰਸਥਾਵਾਂ ਜਿੰਨੀਆਂ ਵੀ ਜਥੇਬੰਦੀਆਂ ਸਿੱਖ ਸੰਗਤਾਂ ਸਾਰੀਆਂ ਜਿੰਨੀਆਂ ਇਕੱਠੀਆਂ ਹੋਈਆਂ ਨੇ ਉਹਦੇ 'ਚ ਮੁੜ ਕੇ ਅਗਲਾ ਫੈਸਲਾ ਲਿਆ ਜਾਵੇ। ADCP ਸਾਹਿਬ ਨਾਲ ਗੱਲਬਾਤ ਹੁੰਦੀ ਹੈ ਤਾਂ ਉਦੋਂ ਉਹਨਾਂ ਵੱਲੋਂ ਕਿਹਾ ਗਿਆ ਇਕੱਲਾ ਗ੍ਰਿਫਤਾਰੀਆਂ ਵੀ ਚਾਹੀਦੀਆਂ ਨੇ ਔਰ ਗ੍ਰਿਫਤਾਰੀਆਂ ਦੇ ਵਿੱਚ ਜਿਹੜੀ 120 ਜਿਹੜੀ ਧਾਰਾ ਜੋੜੀ ਹੈ ਉਹ ਇਕੱਲੀ ਧਾਰਾ ਨਾ ਰਹਿ ਜਾਵੇ, ਉਹਦੇ 'ਚ ਸਾਨੂੰ ਉਹ ਨੰਗੀ ਚਿੱਟੀ ਗੱਲ ਸਾਹਮਣੇ ਆਉਣੀ ਚਾਹੀਦੀ ਹੈ ਵੀ ਇਸ ਸਾਜਿਸ਼ ਦੇ ਪਿੱਛੇ ਕੌਣ ਹੈ, ਉਹ ਸਾਡਾ ਅਸਲੀ ਮੇਨ ਮੁੱਦਾ। ਇੰਨਾ ਕਹਿੰਦਾ ਫਤਿਹ ਬੁਲਾਣਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਮੰਗ ਤੁਹਾਡੀ ਹੈਗੀ ਹੈ? ਸਾਰੇ ਜਥੇਬੰਦੀਆਂ ਜਿਹੜੀਆਂ ਇਕੱਠੀਆਂ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੀਤੀ 28 ਜੁਲਾਈ ਨੂੰ ਗੁਰਦੁਆਰਾ ਜੰਡਿਆਲਾ ਮੰਚੀ ਵਿਖੇ ਇੱਕ ਅਣਸਖਾਵੀਂ ਘਟਨਾ ਬੀਤੀ ਹੈ ਜਿਸ ਨੂੰ ਪ੍ਰਬੰਧਕ ਕਮੇਟੀ ਵੱਲੋਂ ਹੋਰ ਜ਼ੋਰ ਛਪਾਉਣ ਦਾ ਯਤਨ ਕੀਤਾ। ਇਹਨਾਂ ਤਾਂ ਪਹਿਲੀ ਘਟਨਾਵਾਂ 'ਤੇ ਨਾ ਚੀਰ ਲਈ ਆ, 2009 ਤੋਂ ਇਹ ਘਟਨਾਵਾਂ ਦਾ ਸਿਲਸਿਲਾ ਸ਼ੁਰੂ ਹੋਇਆ ਜੋ ਅੱਜ ਨਿਰੰਤਰ ਜਾਰੀ ਆ। ਹੁੰਦੀਆਂ ਕਿਉਂ ਘਟਨਾਵਾਂ? ਹੋਣ ਦਾ ਇੱਕੋ ਇੱਕ ਕਾਰਨ ਆ ਕਿ ਪ੍ਰਬੰਧਾਂ ਦੀ ਘਾਟ। ਇੱਥੇ ਵੀ ਪ੍ਰਬੰਧਾਂ ਦੀ ਘਾਟ ਕਾਰਨ ਇਹ ਅਣਸਖਾਵੀਂ ਘਟਨਾ ਵਾਪਰੀ ਆ। ਅਸੀਂ ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਹਾਂ, ਜਦੋਂ ਘਟਨਾ ਵਾਪਰਦੇ ਆ ਅਸੀਂ ਮੀਡੀਏ ਦੇ ਰਾਹੀਂ ਸਾਰੀਆਂ ਸੰਗਤਾਂ ਨੂੰ, ਦੇਸ਼ਾਂ ਅਤੇ ਵਿਦੇਸ਼ਾਂ ਨੂੰ ਸਾਰਿਆਂ ਨੂੰ ਅਸੀਂ ਸਾਵਧਾਨ ਕਰਦੇ ਹਾਂ ਕਿ ਜਿੱਥੇ ਗੁਰਦੁਆਰੇ ਬਣਾਏ ਤੁਹਾਨੂੰ ਗੁਰਦੁਆਰਾ ਬਣਾਉਣ ਤੋਂ ਅਸੀਂ ਰੋਕਦੇ ਨਹੀਂ। ਚੰਗਾ ਵਧੀਆ ਗ੍ਰੰਥੀ ਰੱਖੋ, ਚੰਗੀ ਵਧੀਆ ਗੁਰਸਿੱਖਾਂ ਦੀ ਪ੍ਰਬੰਧਕ ਕਮੇਟੀ ਬਣਾਓ ਅਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪ੍ਰਕਾਸ਼ਮਾਨ ਹੁੰਦੇ ਆ ਉੱਥੇ ਪ੍ਰਬੰਧਕ ਵੀ ਵਾਹਿਗੁਰੂ ਪਹਿਰੇਦਾਰ ਵੀ ਕਰੋ। ਇੱਥੇ ਪ੍ਰਬੰਧਾਂ ਦੀ ਅਤੇ ਪਹਿਰੇਦਾਰ ਦੀ ਘਾਟ ਕਾਰਨ ਇਹ ਅਣਸਖਾਵੀਂ ਘਟਨਾ ਵੀ ਵਾਪਰੀ ਆ, ਪਰ ਪ੍ਰਬੰਧਕਾਂ ਨੇ ਇਸ ਘਟਨਾ ਨੂੰ ਤਨਦੇਈ ਦੇ ਨਾਲ ਛਪਾਉਣ ਦਾ ਯਤਨ ਕੀਤਾ, ਪਰ ਸਮਰੱਥ ਗੁਰੂ ਆ ਉਹਦੀ ਘਟਨਾ ਜਿਹੜੀ ਆ ਜਗਤ ਅਜਾਗਰ ਹੋ ਗਈ ਆ। ਇੱਕ 14-15 ਸਾਲ ਦੇ ਬੱਚੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਸਰੂਪਾਂ ਦੇ ਕੋਲ ਖਲੋ ਕਰਕੇ ਪਿਸ਼ਾਬ ਕਰਨ ਦਾ ਬਹੁਤ ਵੱਡਾ ਘਟੀਆ ਜਿਹੜਾ ਰੋਲ ਨਿਭਾਇਆ, ਪਰ ਅਸੀਂ ਮੰਗ ਨਹੀਂ ਕਰਦੇ, ਸਾਡਾ ਹੱਕ ਆ ਕਿ ਉਹ ਦੋਸ਼ੀ ਕੌਣ ਆ, ਉਹਦੇ ਤੋਂ ਕਰਵਾਇਆ ਕਿਹਨੇ ਆ, ਜਿਹੜੇ ਜਿਹੜੇ ਦੋਸ਼ੀ ਉਹਦੇ ਵਿੱਚ ਪਾਏ ਜਾਂਦੇ ਆ ਉਹਨਾਂ ਦੇ ਉੱਪਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਜਨਤਕ ਕੀਤਾ ਜਾਵੇ। ਜੇ ਇਸ ਬਣਦੀ ਕਾਰਵਾਈ ਨੂੰ ਨਾ ਕੀਤਾ ਗਿਆ ਤਾਂ ਜਿਹੜਾ ਫਿਰ ਇੱਥੇ ਕੋਈ ਮਾਹੌਲ ਖਰਾਬ ਹੋ ਗਿਆ ਉਹਦਾ ਜ਼ਿੰਮੇਵਾਰ ਇੱਥੋਂ ਦਾ ਪ੍ਰਬੰਧਕ ਅਤੇ ਸਰਕਾਰ ਹੋਵੇਗੀ। ਬਾਬਾ ਜੀ ਲੱਗਦਾ ਨਹੀਂ ਹੈ 14-15 ਸਾਲ ਦਾ ਬੱਚਾ ਇੱਕ ਚੀਜ਼ ਕਰ ਰਿਹਾ, ਪਿੱਛੇ ਤਾਂ ਕਿਸੇ ਦਾ ਹੱਥ ਹੋਏਗਾ, ਕਿਹੜਾ ਬੱਚਾ ਇੰਨੀ ਕਰਤੂਤ ਕਿਹੜੀ ਕਰ ਸਕਦਾ? ਦੇਖੋ ਮੈਂ ਬੇਨਤੀ ਕੀਤੀ ਆ ਵੀ ਉਹ ਬੱਚਾ ਨਹੀਂ ਕਰ ਸਕਦਾ, ਉਹਨੂੰ ਉਹਦੇ ਮਗਰ ਕੋਈ ਤਾਕਤ ਆ। 2009 ਤੋਂ ਲੈ ਕਰਕੇ ਅੱਜ ਦੇ ਦਿਨ ਤੱਕ ਸਾਨੂੰ ਅੱਜ ਤੱਕ ਨਹੀਂ ਦੱਸਿਆ ਗਿਆ ਕਿ ਕਰਵਾਉਣ ਵਾਲਾ ਕੌਣ ਹੈ ਅਤੇ ਕਰਨ ਵਾਲੇ ਨੇ ਕਿਉਂ ਕੀਤਾ। ਇਸ ਗੱਲ ਨੂੰ ਪੜਦੇ ਦੇ ਅੰਦਰ ਰੱਖਿਆ ਸੀ ਅਤੇ ਹੁਣ ਵੀ ਪੜਦੇ ਅੰਦਰ ਆ। ਅਸੀਂ ਬੇਨਤੀ ਕਰਦੇ ਹਾਂ ਕਿ ਇਸ ਬੱਚੇ ਤੋਂ ਕਰਵਾਉਣ ਵਾਲੀ ਕਿਹੜੀ ਤਾਕਤ ਹੈ ਉਹਨੂੰ ਜਨਤਕ ਕੀਤਾ ਜਾਵੇ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਜਿਹੜੀ ਅਣਸਖਾਵੀਂ ਘਟਨਾ ਸਾਨੂੰ ਦੁਬਾਰਾ ਵੇਖਣ ਵਾਸਤੇ ਨਾ ਮਿਲੇ। ਤੁਸੀਂ ਦੇਖਿਆ ਅਸੀਂ ਗੱਲਬਾਤ ਕੀਤੀ, ਸੋ CP ਸਾਹਿਬ ਦੇ ਦਫ਼ਤਰ ਤੋਂ ਬਾਹਰ ਆਏ ਹਾਂ। CP ਸਾਹਿਬ ਨਾਲ ਪੂਰਾ ਇੱਕ ਘੰਟਾ ਜਿਹੜੀ ਮੀਟਿੰਗ ਚੱਲੀ ਹੈ ਜਥੇਬੰਦੀਆਂ ਦੀ, ਅਤੇ CP ਸਾਹਿਬ ਨੇ ਸਾਰੀਆਂ ਗੱਲਾਂ ਧਿਆਨ 'ਚ ਰੱਖਦੇ ਹੋਏ ਆਸ਼ਵਾਸਨ ਦਿੱਤਾ ਜੀ ਪੂਰੀ ਕਿ ਇਹਦੇ 'ਚ ਕੋਈ ਵੀ ਬਖਸ਼ਿਆ ਨਹੀਂ ਜਾਊਗਾ, ਜਿਹੜਾ ਵੀ ਦੋਸ਼ੀ ਪਾਇਆ ਜਾਊਗਾ, ਗੁਰੂ ਘਰ ਦੀ ਗੱਲ ਆ ਚਾਹੇ ਮੰਦਰ ਦੀ ਗੱਲ ਹੋਵੇ ਚਾਹੇ ਮਸਜਿਦ ਜਾਂ ਚਰਚ ਦੀ, ਧਾਰਮਿਕ ਸਥਾਨ ਕੋਈ ਵੀ ਹੋਵੇ ਉਹ ਇੱਕ ਬਰਾਬਰ ਨੇ, ਬਿਲਕੁਲ ਇੱਕ ਬਰਾਬਰ ਨੇ। ਅਤੇ ਇਹਦੇ ਵਿੱਚ ਬੇਅਦਬੀ ਦੇ ਮਾਮਲੇ 'ਚ ਕੋਈ ਵੀ ਬਖਸ਼ਿਆ ਨਹੀਂ ਜਾਊਗਾ ਅਤੇ ਆਉਣ ਵਾਲੇ ਟਾਈਮ 'ਚ ਤੁਹਾਨੂੰ ਸਾਰਾ ਰਿਜ਼ਲਟ ਮਿਲੇਗਾ। ਸੋ ਬਹੁਤ ਬਹੁਤ ਧੰਨਵਾਦ CP ਸਾਹਿਬ ਦਾ, ਸਾਰੇ ਜਿਹੜੇ ਜਥੇਬੰਦੀਆਂ ਦੇ ਆਗੂ ਬਾਹਰ ਆ ਚੁੱਕੇ ਆ ਅਤੇ ਸਾਰੇ ਸੰਤੁਸ਼ਟ ਨੇ ਕਿ ਇਹ ਅਪਡੇਟ ਜਲਦੀ ਤੁਹਾਨੂੰ, ਇਹ ਬੇਅਦਬੀ ਜਿਹੜੀ ਸਾਜਿਸ਼ ਰਚੀ ਗਈ ਸਾਰੀ ਇਹਦਾ ਨਕਾਬ ਉਤਰੂਗਾ ਜ਼ਰੂਰ। ਅਤੇ ਇੰਨੀਆਂ ਕੁ ਬੇਨਤੀਆਂ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।